ਮੈਨੂੰ ਇਹ ਪਤਾ ਸੀ ਮੈਂ ਕਿਹਾ ਜੇ ਮੈਂ ਇੰਨੀ ਗੱਲ ਕਹੀ ਉਹਨੇ ਮੈਨੂੰ ਅਨਬਲੌਕ ਆਪ ਹੀ ਕਰ ਦੇਣਾ ਵੀ ਮੈਨੂੰ ਕਿ ਇੱਕ ਵਾਰੀ ਅਨਬਲੌਕ ਕਰੇ ਵੀ ਮੁੜ ਕੇ ਮੈਂ ਆਪ ਹੀ ਗੱਲ ਕਰ ਲੈਣੀ ਹੈ ਤੇ ਮੈਂ ਇੰਨੀ ਗੱਲ ਕਹਿ ਕੇ ਅਨਬਲੌਕ ਕਰਾ ਲਿਆ ਹੈਰਾਨ ਹੋ ਗਈ ਵੀ ਇਸ ਜਨ ਨੂੰ ਮੁੰਡੇ ਨੂੰ ਮੈਂ ਲਾਈਕ ਕਰਦੀ ਸੀ ਉਹੀ ਮੁੰਡੇ ਦਾ ਮੈਨੂੰ ਮੈਸੇਜ ਆ ਗਿਆ ਹੈ ਨਾ ਖੁਸ਼ੀ ਤਾਂ ਹੈ ਸੀ ਬਹੁਤ ਬਟ ਮੈਂ ਦਾਦੀ ਸੀ ਵੀ ਇੱਦਾਂ ਨਾ ਘਰਦੇ ਉਹਨਾਂ ਨੂੰ ਇੱਦਾਂ ਪਤਾ ਲੱਗ ਜਾਵੇ ਵੀ ਇੱਦਾਂ ਵੀ ਘਰਦਿਆਂ ਨੂੰ ਪਤਾ ਸਟ੍ਰੇਟ ਕਿੰਨੇ ਕਦੇ ਨਹੀਂ ਸੋਚਿਆ ਮੈਂ ਕਦੇ ਸੁਪਨਾ ਵੀ ਨਹੀਂ ਲਿਆ ਸੀ ਵੀ ਰਿਸ਼ਤਾ ਸਾਡਾ ਵਿਆਹ ਹੋ ਜਾਊਗਾ ਮੈਨੂੰ ਐਂ ਲੱਗਦਾ ਸੀ ਵੀ ਜਿੱਦਾਂ ਬਾਕੀ ਅੱਜ ਕੱਲ੍ਹ ਦੇ ਮੁੰਡੇ ਕਰਦੇ ਆ ਟਾਈਮ ਪਾਸ ਉੱਦਾਂ ਹੀ ਟਾਈਮ ਪਾਸ ਕਰਕੇ ਇਹਨੇ ਵੀ ਛੱਡ ਕੇ ਚਲ ਜਾਣਾ ਫਿਰ ਮੈਂ ਜੇ ਫਿਰ ਸਾਨੂੰ ਬੰਦਾ ਨੂੰ ਮਤਲਬ ਕਿ ਇੱਕ ਲਾਈਫ ਮਤਲਬ ਕਿ ਜਿਹੜੀ ਮੇਰੀ ਇੰਨੀ ਵਧੀਆ ਲਾਈਫ ਸੀ ਫੋਨ ਮਿਲਣਾ ਹੈ ਨਾ ਸਕੂਲ ਜਾਣਾ ਸਹੇਲੀਆਂ ਨਾਲ ਘੁੰਮਣਾ ਇੱਕੋ ਦਮ ਸਭ ਕੁਝ ਬੰਦ ਹੋ ਗਿਆ ਸੀ ਕਿਤੇ ਜਾਣਾ ਨਹੀਂ ਨਾ ਫੋਨ ਚਲਾਉਣਾ ਬਹੁਤ ਰੋਕ ਟੋਕ ਕਰਦੇ ਸੀ ਇੱਦਾਂ ਵੀ ਤੂੰ ਇੱਦਾਂ ਨਹੀਂ ਕਰਨਾ ਹੈਗਾ ਫਲਾਨਾ ਨਹੀਂ ਕਰਨਾ ਮਤਲਬ ਕਿ ਇੱਦਾਂ ਨਹੀਂ ਚੰਗੇ ਵੀ ਸੀ ਮਤਲਬ ਕਿ ਭੂਆ ਨਹੀਂ ਸੀ ਚੰਗੇ ਹੈਗੇ ਵੱਡਾ ਬਰੋਚ ਬਹੁਤ ਚੰਗਾ ਕੋਈ ਨਾ ਕੋਈ ਨਾ ਗੱਲ ਛੇੜ ਲੈਣੀ ਗੱਲ ਛੇੜ ਕੇ ਲੜ ਪੈਣਾ ਇਹ ਪਤਾ ਕਿ ਲੜਾਈ ਕਰਦੇ 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 ਜਦੋਂ ਟਾਈਮ ਪਾਸ ਹੋ ਗਿਆ ਨਾ ਬਾਅਦ ਚੋਣੀ ਲਿਆ ਕੇ ਫਿਰ ਮੇਰੇ ਕੋਲ ਬਹਿ ਜਾ ਵੀ ਠੀਕ ਹੈ ਮੇਰੀ ਸਾਡੇ ਘਰ ਦੇ ਪਹਿਲਾਂ ਪਹਿਲਾਂ ਜਦੋਂ ਆਏ ਨਾ ਕਹਿੰਦੇ ਪਰ ਜੋ ਸਾਨੂੰ ਇਹ ਲੜਨਾ ਇਹਨਾਂ ਸਾਨੂੰ ਟੋਣਾ ਕਿ ਤੁਸੀਂ ਇੱਦਾਂ ਕਿਉਂ ਲੜਦੇ ਰਹਿੰਦੇ ਆ ਕਰਦੇ ਰਹਿੰਦੇ ਆ ਜਦੋਂ ਇਹਨਾਂ ਨੇ ਦੇਖਿਆ ਕਿ ਹੁਣ ਇਹ ਲੜਦੇ ਇਹਨਾਂ ਨੇ 15 ਮਿੰਟ ਬਾਅਦ ਫਿਰ ਇਕੱਠੇ ਹੋ ਜਾਣਾ ਉਹਨੇ ਮੁੜ ਕਹਿਣਾ ਹੀ ਬੰਦ ਕਰਤਾ ਕਰਦੇ ਨੇ ਵੀ ਲੜੋ ਅਤੇ ਇਸ ਤੋਂ ਬਾਅਦ ਮੈਂ ਕਿਹਾ ਵੀ ਜੀ ਮੈਂ ਕਹਿੰਦੇ ਤੁਸੀਂ ਸਟੱਡੀ ਨਹੀਂ ਕਰਾਉਣੀ ਮੈਂ ਬੜੇ ਤਰਲੇ ਮਿੰਨਤਾਂ ਕੀਤੀਆਂ ਆਪਣੇ ਘਰਦਿਆਂ ਨੇ ਹੈ ਨਾ ਮੈਨੂੰ ਸਟੱਡੀ ਕਰਾ ਦਿਉ ਫਲਾਨਾ ਕਰਾ ਦਿਉ ਅਤੇ ਉਹਨਾਂ ਨੇ ਕੀਤਾ ਨਹੀਂ ਮੈਂ ਚਲੋ ਸਟੱਡੀ ਨਹੀਂ ਮਿਲਦੀ ਬੜਾ ਪਿਆਰ ਤਾਂ ਪਾਵਾਂ ਪਿਆਰ ਤਾਂ ਮਿਲੂਗਾ ਹੀ ਮੈਨੂੰ ਫਿਰ ਮੈਂ ਨਾ ਕੀ ਕਹਿੰਦੇ ਮੈਂ ਘਰ ਫਿਰ ਦੱਸਦਾ ਕੁਛ ਰਿਸ਼ਤੇਦਾਰ ਵੀ ਹੈਗੇ ਬੱਚੇ ਜਿਹੜੇ ਇੱਦਾਂ ਕਹਿੰਦੇ ਆ ਕਿ ਐਂ ਕਿਉਂ ਕਰ ਦਿੰਦੇ ਆ ਇੱਦਾਂ ਕਿਉਂ ਕਰਦੇ ਆ ਬਿਹਤਰ ਇਹੀ ਕਹਿੰਦੇ ਆ ਕਿ ਤੁਹਾਡੇ ਘਰ ਦੀ ਇੱਜ਼ਤ ਆ ਤੁਸੀਂ ਇਹਨੂੰ ਰੋਲਣ ਲੱਗੇ ਐਂ ਕਰਨ ਲੱਗੇ ਉਹ ਕਰਦੇ ਆ ਅਸੀਂ ਕਿਹੜਾ ਮਤਲਬ ਕਿ ਉਹੀ ਮੈਂ ਉਹਨਾਂ ਨੂੰ ਸਮਝਾਉਂਦਾ ਕਿ ਅਸੀਂ ਕਿਹੜਾ ਕੁਛ ਇੱਦਾਂ ਕੁਛ ਗਲਤ ਕਰਦੇ ਹਾਂ ਅਸੀਂ ਇੱਕ ਰਾਮ ਸਿੰਪਲ ਵੀਡੀਓ ਕਿ ਇੰਟਰਟੇਨਮੈਂਟ ਆ ਲੋਕਾਂ ਨੂੰ ਬਸ ਕਿ ਆ ਲੋਕ ਵੀਡੀਓ ਦੇਖਦੇ ਆ ਕਿ ਮਤਲਬ ਕਿ ਜੇ ਤੁਸੀਂ ਕਿਸੇ ਦੀ ਧੀ ਭੈਣ ਦੀ ਵੀਡੀਓ ਚੱਕ ਕੇ ਪਾਉਂਦੇ ਆ ਨਾ ਵੀ ਕੱਲ੍ਹ ਨੂੰ ਜੇ ਤੁਹਾਡੀ ਧੀ ਭੈਣ ਇੱਦਾਂ ਬਣਾ ਕੇ ਪਾ ਦਿਉ ਵੀ ਉਹਦੀ ਕੋਈ ਇੱਦਾਂ ਪੇਜ 'ਤੇ ਚੱਕ ਕੇ ਪਾ ਦਿਉ ਵੀ ਬਦਨਾਮੀ ਕਰ ਦਿਉ ਫਿਰ ਉਹਨਾਂ ਨੂੰ ਪਤਾ ਲੱਗੂ ਕਿ ਹਾਂ ਦੁੱਖ ਕੀ ਹੁੰਦਾ ਚਲੋ ਕਈ ਬੰਦਿਆਂ ਦੀ ਦੇਖੀ ਆ ਮੈਂ ਵੀਡੀਓ ਕਿ ਉਹ ਕੁੜੀ ਕੁਛ ਕਰ ਰਹੀ ਆ ਦੂਜੇ ਆਪਣੀ ਮਤਲਬ ਕੁੜੀ ਅੱਗੇ ਜਾਣਾ ਚਾਹੁੰਦੀ ਆ ਕੋਈ ਕੋਈ ਉਹਦੇ ਸਰੀਰ ਨੂੰ ਲੈ ਕੇ ਰੋਈ ਜਾਂਦਾ ਅਤੇ ਕੋਈ ਕੁਛ ਕਰੀ ਜਾਂਦਾ ਮੈਂ ਤਾਂ ਅੱਜ ਕੱਲ੍ਹ ਦਾ ਟ੍ਰੈਂਡ ਆ ਮੇਰਾ ਨਾਮ ਜਗਪ੍ਰੀਤ ਕੌਰ ਆ ਅਸੀਂ ਹਾਊਸ ਵਾਈਫ ਹੀ ਆ ਹਾਂਜੀ ਮੇਰਾ ਨਾਮ ਕਰਨ ਬਸ ਜੋਬ ਹੀ ਹਾਂਜੀ ਵਿਆਹ ਨੂੰ ਸਾਲ ਹੋਣ ਵਾਲਾ ਹੀ ਆ ਬਸ 15 ਦਿਨ ਪੂਰਾ ਹਾਂਜੀ ਆ 5 ਤਰੀਕ ਦੀ ਐਨੀਵਰਸਰੀ ਆ ਨਹੀਂ ਲਵ ਹੀ ਆ ਲਵ ਬਸ ਮਤਲਬ ਕਿ ਅਸੀਂ ਜਿੱਦਾਂ ਇੱਥੇ ਕੰਮ ਕਰ ਰਹੇ ਨਹੀਂ ਨਾ ਕਰਕੇ ਇਹਨਾਂ ਦੇ ਪੈਂਡਲ ਰਹਿੰਦੇ ਸੀਗੇ ਅਤੇ ਰੈਂਟ 'ਤੇ ਅਤੇ ਮਤਲਬ ਕਿ ਉੱਥੇ ਅਸੀਂ ਰੈਂਟ 'ਤੇ ਰਹਿੰਦੇ ਸੀਗੇ ਅਤੇ ਨਾਲ ਮੇਰੀ ਮਾਸੀ ਮੁੰਡੇ ਸਾਰੇ ਸੀਗੇ ਜਾਣੀ ਕਿ ਅਸੀਂ ਉੱਥੇ ਮੇਲਾ ਸੀਗਾ ਇਹਨਾਂ ਦੇ ਪਿੰਡ ਇਹਨਾਂ ਦੀ ਜਗ੍ਹਾ 'ਤੇ ਅਤੇ ਪੀਰਾਂ ਦੀ ਜਗ੍ਹਾ ਉੱਥੇ ਮੇਲਾ ਸੀਗਾ ਅਤੇ ਮੈਂ ਇੱਦਾਂ ਮਤਲਬ ਕਿ ਬੈਠਾ ਸੀਗਾ ਅਤੇ ਮੈਨੂੰ ਯਾਦ ਦੋਸਤ ਲੈਣ ਆਏ ਕਹਿੰਦੇ ਆਪਾਂ ਮੇਲੇ 'ਤੇ ਜਾਣਾ ਦੇਖਣ ਮੈਂ ਕਿਹਾ ਵੀ ਚਲੋ ਚੱਲ ਜਾਂਦੇ ਹਾਂ ਨਾ ਮੇਲੇ 'ਤੇ ਅਤੇ ਇੱਥੇ ਹੀ ਆ ਲੁਧਿਆਣੇ ਮਾਂਗਟ ਹਾਂਜੀ ਅਤੇ ਅਸੀਂ ਚੱਲ ਗਏ ਫਿਰ ਮੇਲੇ 'ਤੇ ਅਤੇ ਉੱਧਰੋਂ ਇਹ ਵੀ ਮੇਲੇ 'ਤੇ ਆਏ ਸੀਗੇ ਅਤੇ ਫਿਰ ਉੱਥੇ ਹੀ ਮਤਲਬ ਇੱਦਾਂ ਹੀ ਪਹਿਲਾਂ ਤਾਂ ਅਸੀਂ ਉਹ ਕਰਦੇ ਰਹੇ ਮੁੜ ਕੇ ਅਸੀਂ ਬੈਠੇ ਅਤੇ ਮੈਂ ਸਾਰੇ ਯਾਰ ਦੋਸਤ ਚਲੇ ਗਏ ਉੱਧਰ ਉੱਧਰ ਆਪਣੇ ਕੰਮ 'ਤੇ ਮੈਂ ਇਕੱਲਾ ਬੈਠਾ ਸੀ ਅਤੇ ਇਹ ਵੀ ਸਾਹਮਣੇ ਇਕੱਲੇ ਬੈਠੇ ਮੇਰੇ ਨਾਲ ਦੇਖੀ ਜਾਂ ਉਹਦੇ ਮੈਂ ਜੇ ਮੈਂ ਕਿਹਾ ਚਲੋ ਵੀ ਕੁੜੀ ਦੇਖਦੀ ਵੀ ਉੱਦਾਂ ਦੇਖਦੀ ਹੋਊਗੀ ਨਾ ਵੀ ਉੱਦਾਂ ਦੀ ਗੱਲ ਨਹੀਂ ਅਤੇ ਉੱਦੀ ਮਤਲਬ ਕਿ ਨਾ ਦੇਖਦੇ ਪਏ ਸੀ ਕਿੰਨੇ ਕੁ ਸੋਹਣੇ ਮੁੰਡੇ ਨਹੀਂ ਉੱਦੀ ਮਤਲਬ ਕਿ ਨਾ ਮਿਲ ਕੇ ਕਾਫੀ ਟਾਈਮ ਦੇ ਮਤਲਬ ਕਿ ਜਦੋਂ ਹੋਲੀ ਸੀ ਮਾਰਚ ਵਿੱਚ ਉਦੋਂ ਮੈਂ ਨਾ ਇਹਨਾਂ ਦੀਆਂ ਸਟੋਰੀਆਂ ਦੇਖੀਆਂ ਸੀ ਮੈਨੂੰ ਸੋਹਣੇ ਲੱਗਦੇ ਹੁੰਦੇ ਸੀ ਮਤਲਬ ਕਿ ਪਰ ਮੈਂ ਕਦੇ ਪੁੱਛਿਆ ਨਹੀਂ ਵੀ ਹਾਂ ਵੀ ਮੈਂ ਤੁਹਾਡੇ ਨਾਲ ਗੱਲ ਕਰਨੀ ਮੈਂ ਮੈਨੂੰ ਆਹ ਸ਼ੌਂਕ ਹੁੰਦਾ ਸੀ ਮੈਨੂੰ ਮੁੰਡਾ ਪ੍ਰਪੋਜ਼ ਕਰੇ ਮੈਂ ਨਾ ਕਰਾਂ ਕਿਸੇ ਨੂੰ ਤਾਂ ਕਰਕੇ ਮੈਂ ਕੁਛ ਨਹੀਂ ਮੈਂ ਇਹ ਸੋਚਿਆ ਮੈਂ ਕਿਹਾ ਵੀ ਚਲੋ ਕੁੜੀ ਦੇਖਦੀ ਆ ਕੀ ਪਤਾ ਵੀ ਮਤਲਬ ਕਿ ਗੱਲ ਕੁਛ ਕਰਨੀ ਹੋਵੇ ਜਾਂ ਨਾ ਕੋਈ ਗੱਲਬਾਤ ਅਤੇ ਬਾਅਦ ਫਿਰ ਉਸ ਤੋਂ ਬਾਅਦ ਇਹ ਯਾਰ ਦੋਸਤ ਆ ਗਏ ਅਤੇ ਅਸੀਂ ਉੱਧਰ ਨੂੰ ਚੱਲ ਗਏ ਗੋਲਗੱਪੇ ਖਾਣ ਅਤੇ ਵੀ ਪਿੱਛੇ ਪਿੱਛੇ ਆ ਗਏ ਸਾਡੇ ਪਿੱਛੇ ਪਿੱਛੇ ਆ ਗਏ ਸਾਡੇ ਅਤੇ ਪਿੱਛੇ ਪਿੱਛੇ ਆਏ ਸਾਹਮਣੇ ਬਹਿ ਕੇ ਆ ਗਏ ਅਤੇ ਅਸੀਂ ਉੱਥੇ ਗੋਲਗੱਪੇ ਖਾਣ ਲੱਗੇ ਮੈਂ ਇਹਨਾਂ ਨਾਲ ਦੇਖੀ ਜਾਵਾਂ ਅਤੇ ਮੈਂ ਸੋਚੀ ਜਾਵਾਂ ਮੈਂ ਕਿਹਾ ਕੀ ਚੱਕਰ ਕੀ ਕੁੜੀ ਦੇਖੀ ਜਾਂਦੀ ਵੀ ਕੋਈ ਤਾਂ ਗੱਲ ਹੋਊਗੀ ਨਾ ਅਤੇ ਬਸ ਉਸ ਤੋਂ ਬਾਅਦ ਮੇਲੇ ਤੋਂ ਫਿਰ ਮਤਲਬ ਮੇਲੇ ਸਮਾਪਤੀ ਹੋ ਗਈ ਅਤੇ ਅਸੀਂ ਆਪਣੇ ਆਪਣੇ ਘਰ ਚਲੇ ਗਏ ਫਿਰ 2 ਮਹੀਨਿਆਂ ਬਾਅਦ ਇਹਨਾਂ ਦੀ ਮੈਨੂੰ ਆਈ ਡੀ ਮਿਲ ਗਈ ਇੰਸਟਾ 'ਤੇ ਇੱਦਾਂ ਮਤਲਬ ਕਿ ਰੀਲਸ ਦੇਖਦੇ ਦੇਖਦੇ ਆਈ ਡੀ ਆ ਗਈ
ਤੇ ਮੈਂ ਇਹਨਾਂ ਨੂੰ ਹਾਂਜੀ ਉੱਥੇ ਮਤਲਬ ਕਿ ਬੁਲਾਇਆ ਨਹੀਂ ਕੁਛ ਵੀ ਇੱਕ ਦੂਜੇ ਨੂੰ ਤੇ ਆਈ ਡੀ ਆ ਗਈ ਫਿਰ ਮੈਂ ਮੈਸੇਜ ਕੀਤਾ ਇਹਨਾਂ ਨੂੰ ਮੈਂ ਕਿਹਾ ਬਈ ਹੈਲੋ ਤੇ ਇਹਨਾਂ ਨੇ ਮਤਲਬ ਕਿ ਹੋਰ ਕਿਸੇ ਰਿਕੈਟ ਚੱਕਿਆ ਦੋ ਇੱਕ ਦੋ ਸਕੈਂਡ ਦੇ ਵਿੱਚ ਵਿੱਚ ਰਿਕੈਟ ਚੱਕ ਲਈ ਮੇਰੇ ਨਾਲ ਹੀ ਤੇ ਨਾਲ ਹੀ ਮੈਸੇਜ ਸੀ ਹੋ ਗਿਆ ਕਿ ਹਾਂਜੀ ਤੇ ਤੁਸੀਂ ਮੈਸੇਜ ਕਿਉਂ ਕੀਤਾ ਮੈਂ ਕਿਹਾ ਤੁਸੀਂ ਮਤਲਬ ਕਿ ਵੀਡੀਓ ਵਧੀਆ ਬਣਾਉਂਦੇ ਆ ਨਾ ਤੇ ਬਈ ਮਤਲਬ ਕਿ ਤੁਹਾਨੂੰ ਤੁਹਾਡੀ ਵੀਡੀਓ ਬਹੁਤ ਵਧੀਆ ਲੱਗਦੀ ਕਹਿੰਦੇ ਕਿਹੜੀ ਲੱਗਦੀ ਹੈ ਸਿਮਰ ਸਾਜ ਦੇ ਗਾਣੇ 'ਤੇ ਬਣਾਈ ਸੀ ਤੇ ਉਹ ਮੈਂ ਵੀਡੀਓ ਲਾਈਕ ਲੂਕ ਕੀਤੀ ਕਮੈਂਟ ਕੀਤਾ ਅਤੇ ਉਸ ਤੋਂ ਬਾਅਦ ਮੈਂ ਮਤਲਬ ਕਿ ਥੋੜ੍ਹਾ ਟਾਈਮ ਇੱਦਾਂ ਗੱਲ ਕਰਦੇ ਰਹੇ ਕਿ ਅੱਧਾ ਘੰਟਾ ਘੰਟਾ ਗੱਲ ਕਰਦੇ ਰਹੇ ਉਸ ਤੋਂ ਬਾਅਦ ਮੈਂ ਇਹਨਾਂ ਨੂੰ ਕਹਿਤਾ ਜੀ ਮੈਂ ਕਿਹਾ ਮੈਂ ਇੱਦਾਂ ਤੁਹਾਡੇ ਨਾਲ ਗੱਲ ਕਰਨੀ ਹੈ ਫਰੈਂਡਸ਼ਿਪ ਕਰਨਾ ਚਾਹੁੰਦਾ ਅਤੇ ਇਹ ਕਹਿੰਦੇ ਨਹੀਂ ਵੀ ਮੈਂ ਇਹ ਕੰਮਾਂ 'ਚ ਨਹੀਂ ਵੀ ਇੱਦਾਂ ਹੈਗੀ ਮੈਂ ਹਜੇ ਇੱਕ ਚੀਜ਼ ਬਾਰੇ ਸੋਚਿਆ ਨਹੀਂ ਹੈਗਾ ਵੀ ਮੈਂ ਕਰਨੀ ਨਹੀਂ ਇੱਦਾਂ ਮੈਂ ਠੀਕ ਆ ਅਤੇ ਮੈਂ ਕਿਹਾ ਚਲੋ ਬਾਕੀ ਮੈਂ ਵੇਟ ਕਰੂੰਗਾ ਜੀ ਤੁਹਾਡੀ ਕੋਈ ਮਰਜ਼ੀ ਵੀ ਦੱਸ ਦਿਓ ਅਤੇ ਬਾਕੀ ਹੋਰ ਤੁਹਾਨੂੰ ਪਤਾ ਹੀ ਅੱਗੇ ਸਿੰਗਰ ਫੇਵਰੇਟ ਆ ਖੁਸ਼ੀ ਤਾਂ ਹੈ ਸੀ ਬਹੁਤ ਬਟ ਮੈਂ ਡਰਦੀ ਸੀ ਏਦਾਂ ਘਰਦਿਆਂ ਨੂੰ ਏਦਾਂ ਪਤਾ ਲੱਗ ਜਾਵੇ ਵੀ ਏਦਾਂ ਵੀ ਘਰਦਿਆਂ ਨੂੰ ਪਤਾ ਸਟ੍ਰਿਕਟ ਕਿੰਨੇ ਹੁੰਦੇ ਆ ਇਸ ਲਈ ਫਿਰ ਮੈਂ ਕਿਹਾ ਚੱਲ ਚੱਕਿਆ ਮੈਸੇਜ ਤੁਸੀਂ ਮੈਨੂੰ ਇੱਦਾਂ ਗੱਲ ਕਹਿੰਦੇ ਵੀਡੀਓ ਬਹੁਤ ਵਧੀਆ ਬਣਾਉਂਦੇ ਮੈਂ ਚਲੋ ਠੀਕ ਹੈ ਥੈਂਕ ਯੂ ਅਤੇ ਇਹਦੀ ਗੱਲਾਂ ਕਰਦੇ ਰਹੇ ਆਪਸ 'ਚ ਇੱਦਾਂ ਦੋਸਤ ਵਗੈਰਾ ਜਿਵੇਂ ਦੋਸਤ ਕਰਨ ਲੱਗ ਜਾਂਦੇ ਗੱਲਾਂ ਇੱਦੋ ਕਰਦੇ ਰਹੇ ਮੁੜ ਕੇ ਮੈਨੂੰ ਫਿਰ ਕਹਿੰਦੇ ਮੈਂ ਤੁਹਾਡੇ ਨਾਲ ਗੱਲ ਕਰਨੀ ਆ ਫਿਰ ਮੈਂ ਕਹਿੰਦਾ ਮੈਂ ਇੱਦਾਂ ਚੱਕਰਾਂ 'ਚ ਨਹੀਂ ਪੈਣਾ ਹੈਗਾ ਇਸ ਤੋਂ ਬਾਅਦ ਮੈਨੂੰ ਕਹਿੰਦੇ ਤੁਹਾਡੀ ਮੈਂ ਨਾ ਬਲਕਿ ਵੇਟ ਕਰੂੰਗਾ ਮੈਂ ਕਿਹਾ ਚਲੋ ਠੀਕ ਆ ਪਰ ਉਸ ਤੋਂ ਬਾਅਦ ਨਾ ਤੇ ਕੀ ਕਹਿੰਦੇ ਨੇ ਉਹ ਮੈਨੂੰ ਮੁੜ ਕੇ ਨਾ 4-5 ਦਿਨ ਹੋਏ ਇਹਨਾਂ ਨੇ ਨਾ ਕਿਸੇ ਨਾ ਮੁੰਡੇ ਨੂੰ ਕਿਹਾ ਵੀ ਮੈਂ ਨਾ ਵੀ ਜਗਪ੍ਰੀਤ ਨੂੰ ਨਾ ਇੰਸਟਾ 'ਤੇ ਨਾ ਮਤਲਬ ਕਿ ਇੱਦਾਂ ਬੋਲਿਆ ਵਗੈਰਾ ਅਤੇ ਉਹ ਕਹਿੰਦੇ ਵੀ ਮੈਂ ਫਿਰ ਇਹਨੂੰ ਨਾ ਬਲੌਗ ਮਾਰਤਾ ਸੀ ਉਸੇ ਟਾਈਮ ਹੀ ਮੈਂ ਕਿਹਾ ਵੀ ਮੈਂ ਤੇਰੇ ਨਾਲ ਗੱਲ ਨਹੀਂ ਕਰਨੀ ਹੈਗੀ ਫਿਰ ਮੈਂ ਬਲੌਗ 'ਚ ਕੱਢਿਆ ਮੈਨੂੰ ਪੁੱਛਿਆ ਵੀ ਤੂੰ ਵੀ ਇੱਦਾਂ ਮੇਰੀ ਬਦਨਾਮੀ ਕਿਉਂ ਕਰ ਰਿਹਾ ਹੈ ਨਾ ਮੁੰਡਿਆਂ ਕੋਲ ਵੀ ਮੈਂ ਤਾਂ ਵੀ ਇੱਦਾਂ ਬੋਲਿਆ ਹੈ ਨਾ ਫਿਰ ਇੱਦਾਂ ਹੌਲੀ ਹੌਲੀ ਮੈਨੂੰ ਕਹਿਣ ਲੱਗਿਆ ਯਾਰ ਤੂੰ ਪਲੀਜ਼ ਮੇਰੇ ਨਾਲ ਗੱਲ ਕਰ ਲਾ ਹੈ ਨਾ ਅਤੇ ਮੈਂ ਕਿਹਾ ਠੀਕ ਹੈ ਫਿਰ ਮੈਂ ਵੀ ਮੰਨ ਗਈ ਮੈਂ ਚੱਲ ਮੈਂ ਕਿਹਾ ਵੀ ਚੱਲ ਮੈਂ ਤੈਨੂੰ 2 ਦਿਨ ਬਾਅਦ ਮੈਸੇਜ ਕਰੂੰਗੀ ਵੀ 2 ਦਿਨ ਬਾਅਦ ਤੈਨੂੰ ਮੈਂ ਸੋਚ ਕੇ ਦੱਸੂੰਗੀ ਉਸ ਤੋਂ ਬਾਅਦ ਪਹਿਲਾਂ ਤਾਂ ਮੈਂ ਨਾ ਕਰਤੀ ਮੈਂ ਚੱਲ ਦੇਖਦੇ ਮੁੰਡੇ ਦਾ ਮੂਡ ਕਿੱਦਾਂ ਦਾ ਹੁੰਦਾ ਹੈ ਨਾ ਮੈਂ ਨਾ ਕਰਤੀ ਇਹ ਮੂਡ ਆਫ ਜਿਹਾ ਹੋ ਗਿਆ ਸਟੋਰੀਆਂ ਲਾਉਣ ਲੱਗ ਗਏ ਸੈਡ ਸੈਡ ਮੈਂ ਚਲੋ ਬਾਅਦ 'ਚ ਅਨਬਲੌਕ ਮੈਂ ਸਕੀਮ ਲਾਈ ਮੈਂ ਘਰੇ ਬੈਠਾ ਸੋਚਿਆ ਮੈਂ ਕਿਹਾ ਵੀ ਮੈਂ ਕੀ ਕਰਾਂ ਵੀ ਜਿਹੜਾ ਅਨਬਲੌਕ ਹੋ ਜਾਵੇ ਹੁਣ ਮੈਂ ਘਰੇ ਵੀ ਨਹੀਂ ਜਾ ਸਕਦਾ ਅਤੇ ਨਾ ਹੁਣ ਕਿਤੇ ਬਾਹਰ ਮਿਲਣਾ ਹੈ ਨਾ ਵੀ ਮੈਨੂੰ ਮੈਂ ਇੱਕ ਪਿੰਡ 'ਚ ਇੱਦਾਂ ਸੀਗਾ ਨਵਾਂ ਅਤੇ ਮੈਨੂੰ ਉਹ ਵੀ ਨਹੀਂ ਸੀਗਾ ਅਤੇ ਮੈਂ ਫਿਰ ਸੋਚਿਆ ਮੈਂ ਇੱਕ ਮੇਰਾ ਯਾਰ ਦੋਸਤ ਸੀਗਾ ਅਤੇ ਉਹਨਾਂ ਦੀ ਇਹਨਾਂ ਦੇ ਘਰੇ ਆਉਣੀ ਜਾਣੀ ਸੀਗੀ ਇੱਦਾਂ ਮਤਲਬ ਕਿ ਇਹਨਾਂ ਦੇ ਰਿਸ਼ਤੇਦਾਰ 'ਚ ਸੀਗਾ ਨਾ ਤਾਂ ਹੁਣ ਨਹੀਂ ਲੈਣਾ ਅਤੇ ਬਾਕੀ ਮੈਂ ਉਹਨੂੰ ਕਿਹਾ ਮੈਂ ਕਿਹਾ ਵੀ ਮੈਂ ਉਹ ਮੈਨੂੰ ਕਹਿੰਦਾ ਤੂੰ ਮੈਸੇਜ ਕੀਤਾ ਕੀ ਕਹਿੰਦੀ ਕੁੜੀ ਵੀ ਤੁਹਾਨੂੰ ਹਾਂ ਕਰਤੀ ਮੈਂ ਕਿਹਾ ਉਹਨੇ ਮੈਨੂੰ ਮੈਸੇਜ ਕੀਤਾ ਮੈਂ ਨਹੀਂ ਸੀ ਕੀਤਾ ਮੈਂ ਕਿਹਾ ਮੈਂ ਉਹਨੂੰ ਗਾਲਾਂ ਕੱਢੀਆਂ ਅਤੇ ਕਹਿੰਦਾ ਕਿਉਂ ਕੱਢੀਆਂ ਮੈਂ ਕਿਹਾ ਬਸ ਉਦਾਂ ਹੀ ਕੱਢ ਦਿੱਤੀਆਂ ਉਹਨੇ ਜਾ ਕੇ ਇਹਨੂੰ ਦੱਸ ਦਿੱਤਾ ਕਿ ਤੂੰ ਤੈਨੂੰ ਗਾਲਾਂ ਕੱਢੀਆਂ ਉਹਨੇ ਇੱਦਾਂ ਕੀਤਾ ਅਤੇ ਇਹਨੂੰ ਮੈਨੂੰ ਇਹ ਪਤਾ ਸੀ ਮੈਂ ਕਿਹਾ ਜੇ ਮੈਂ ਇੰਨੀ ਗੱਲ ਕਹੀ ਉਹਨੇ ਮੈਨੂੰ ਅਨਬਲੌਕ ਆਪ ਹੀ ਕਰ ਦੇਣਾ ਵੀ ਮੈਨੂੰ ਕਿ ਇੱਕ ਵਾਰੀ ਅਨਬਲੌਕ ਕਰੇ ਵੀ ਮੁੜ ਕੇ ਮੈਂ ਆਪ ਹੀ ਗੱਲ ਕਰ ਲੈਣੀ ਆ ਅਤੇ ਮੈਂ ਇੰਨੀ ਗੱਲ ਕਹਿ ਕੇ ਅਨਬਲੌਕ ਕਰਾ ਲਿਆ ਮੈਂ ਅਤੇ ਅਨਬਲੌਕ ਕਰਾ ਕੇ ਇਹਨੇ ਮੈਨੂੰ ਮੈਸੇਜ ਕੀਤਾ ਕਹਿੰਦਾ ਤੂੰ ਬੜੀ ਬਦਨਾਮੀ ਕਰਦਾ ਕੁੜੀਆਂ ਐਂ ਕਰਦਾ ਨਾ ਵੀ ਤੂੰ ਕਿਉਂ ਇੱਦਾਂ ਕੀਤਾ ਵੀ ਮੈਂ ਕਿਹਾ ਮੈਂ ਹੁਣ ਮੇਰੇ ਕੋਲ ਹੋਰ ਕੋਈ ਚਾਰਾ ਨਹੀਂ ਸੀਗਾ ਬਲੌਕ ਤੈਨੂੰ ਅਨਬਲੌਕ ਕਰਾਉਣ ਦਾ ਅਤੇ ਬਸ ਫਿਰ ਉਸ ਤੋਂ ਬਾਅਦ ਫਿਰ ਇਹਨਾਂ ਨੇ ਫਿਰ ਕਿਹਾ ਮੈਂ 2 ਦਿਨ ਬਾਅਦ ਸੋਚ ਕੇ ਦੱਸੂ ਮੈਂ ਠੀਕ ਆ 2 ਦਿਨ ਬਾਅਦ ਮੈਸੇਜ ਆਇਆ ਕਿ ਮੈਂ ਮੈਸੇਜ ਕੀਤਾ ਮੈਂ ਕਿਹਾ ਮੈਂ 2 ਦਿਨ ਹੋ ਗਏ ਤੁਸੀਂ ਦੱਸਿਆ ਨਹੀਂ ਅਤੇ ਕਹਿੰਦੀ ਨਹੀਂ ਮੈਂ ਕਰਦੀ ਨਹੀਂ ਮੈਂ ਕਿਹਾ ਚਲੋ ਠੀਕ ਆ ਮੇਰਾ ਮੂਡ ਆਫ ਜਿਹਾ ਹੋ ਗਿਆ ਮੈਂ ਬਾਈ ਕੁਛ ਸੋਚ ਲਿਆ ਸੀ ਰਾਤੋਂ ਰਾਤ ਇੱਦਾਂ ਨਾ ਬੰਦੇ ਦੀ ਸਾਡੀ ਫੀਲਿੰਗ ਆ ਜਾਂਦੀ ਆ ਉਹ ਚੱਕਰ ਹੋ ਗਿਆ ਜੀ ਅਤੇ ਉਸ ਤੋਂ ਬਾਅਦ ਫਿਰ ਇਹ ਅੱਧੇ ਘੰਟੇ ਬਾਅਦ ਫਿਰ ਫੋਨ ਆ ਗਿਆ ਕਹਿੰਦੇ ਵੀ ਤੁਸੀਂ ਇੱਦਾਂ ਕਿ ਮੂਡ ਕਿਉਂ ਆਫ ਆ ਮੈਂ ਕਿਹਾ ਬਸ ਉੱਦਾਂ ਹੀ ਵੀ ਕੋਈ ਚੀਜ਼ ਸੀ ਨਹੀਂ ਮਿਲੀ ਤਾਂ ਅਤੇ ਮੂਡ ਆਫ ਹੋ ਗਿਆ ਅਤੇ ਕਹਿੰਦੀ ਨਹੀਂ ਨਹੀਂ ਮੈਂ ਤੁਹਾਡੇ ਨਾਲ ਗੱਲ ਕਰਨੀ ਆ ਮਤਲਬ ਕਿ ਮੈਂ ਹੈਗਾ ਫਿਰ ਠੀਕ ਆ ਬਸ ਉਸ ਤੋਂ ਬਾਅਦ ਫਿਰ ਯਾਰ ਦੋਸਤਾਂ ਨੇ ਹੱਥ ਚੱਕ ਲਈ ਕਹਿੰਦੇ ਪਾਰਟੀ ਪਾਰਟੀ ਐਂ ਉਹ ਤਾਂ ਹੋਣ ਲੱਗ ਜਾਂਦੀ ਇੱਦਾਂ ਨਾ ਫਰੈਂਡ ਸਰਕਲ 'ਚ ਅਤੇ ਬਸ ਫਿਰ ਉਸ ਤੋਂ ਬਾਅਦ ਫਿਰ ਕਰ ਲਓਗੇ ਨਾਲ ਹੀ ਉਸੇ ਟਾਈਮ ਹੀ ਰੌਲਾ ਚੱਕਦਾ ਵਾ ਮੈਂ ਕਿਹਾ ਮਾਸੀ ਦੇ ਮੁੰਡੇ ਨੇ ਚੱਕਿਆ ਜੀ ਅਤੇ ਮਤਲਬ ਅਸੀਂ ਇਕੱਠੇ ਹੀ ਰਹਿੰਦੇ ਸ਼ੁਰੂ ਤੋਂ ਇਕੱਠੇ ਹੀ ਸੀਗੇ ਅਸੀਂ ਇੱਦਾਂ ਅਤੇ ਇਹਨੇ ਹੀ ਚੱਕਿਆ ਰੌਲਾ ਸਿੱਧੂ ਅਤੇ ਬਸ ਫਿਰ ਉਸ ਤੋਂ ਬਾਅਦ ਫਿਰ ਗੱਲ ਗੁੱਲ ਹੋਣ ਲੱਗ ਗਈ ਇੱਦਾਂ ਫੋਨ 'ਤੇ ਅਤੇ ਮਤਲਬ ਕਿ ਮੈਂ ਸੋਚਿਆ ਚਲੋ ਬਾਕੀ ਸਹੇਲੀਆਂ ਦੀ ਵੀ ਗੱਲ ਹੈਗੀ ਆ ਮੈਂ ਵੀ ਗੱਲ ਕਰ ਲਾਂ ਮੈਂ ਕਿਹਾ ਸਿੰਗਲ ਰਹਾਂ ਇਸ ਲਈ ਫਿਰ ਮੈਂ ਚਲੋ ਕਿਹਾ ਮੈਂ ਮੈਂ ਕਿਹਾ ਅੱਜ ਕੱਲ੍ਹ ਦਾ ਟ੍ਰੈਂਡ ਆ ਇਸ ਗੱਲ
ਹਾਂਜੀ ਫਿਰ ਮੈਂ ਚਲੋ ਕਰ ਲੈਂਦੀ ਹਾਂ ਗੱਲ, ਮੁੰਡਾ ਵੀ ਸੋਹਣਾ ਸੀ, ਬਲਕਿ ਕਾਫੀ ਮੁੰਡਿਆਂ ਦਾ ਇੱਦਾਂ ਪ੍ਰਪੋਜ਼ ਹੈ, ਬਲਕਿ ਮੈਂ ਸੋਚਿਆ ਨਹੀਂ ਵੀ ਸੋਹਣੇ ਹੋਣ ਚਾਹੀਦੇ, ਬਲਕਿ ਮੈਂ ਕੋਈ ਬੰਦਾ ਦਿਲ ਨੂੰ ਲੱਗ ਜਾਂਦਾ ਨਾ ਉਸ ਬੰਦੇ ਨਾਲ, ਫਿਰ ਦਿਲ ਨੂੰ ਲੱਗ ਗਿਆ, ਮੈਂ ਚਲੋ ਹਾਂ ਕਰ ਦਿੱਤੀ, ਫਿਰ ਤੋਂ ਬਾਅਦ ਸਾਡੀ ਗੱਲਬਾਤ ਹੋਣ ਲੱਗ ਗਈ। ਕਦੇ ਨਹੀਂ ਸੋਚਿਆ, ਮੈਂ ਕਦੇ ਸੁਪਨਾ ਵੀ ਨਹੀਂ ਲਿਆ ਸੀ ਵੀ ਰਿਸ਼ਤਾ ਸਾਡਾ ਵਿਆਹ ਹੋ ਜਾਊਗਾ। ਮੈਨੂੰ ਇਹ ਲੱਗਦਾ ਸੀ ਵੀ ਜਿੱਦਾਂ ਬਾਕੀ ਅੱਜ ਕੱਲ੍ਹ ਦੇ ਮੁੰਡੇ ਕਰਦੇ ਆ ਟਾਈਮ ਪਾਸ, ਉੱਦਾਂ ਟਾਈਮ ਪਾਸ ਕਰਕੇ ਇਹਨੇ ਵੀ ਛੱਡ ਕੇ ਚਲ ਜਾਣਾ। ਫਿਰ ਮੈਂ ਜੇ ਫਿਰ ਰੱਬ ਨੇ ਲੇਖ ਸੰਯੋਗ ਲਿਖੇ ਸੀ, ਹੋ ਗਿਆ ਸਾਡੀ ਮੈਰਿਜ। ਹਾਂਜੀ ਹਾਂਜੀ ਘਰੇ ਦੱਸਿਆ ਸੀ ਮੈਂ, ਮਤਲਬ ਕਿ ਨਾ ਮੈਂ ਨਾ ਸਕੂਲੋਂ ਆਈ ਸੀ ਅਤੇ ਨਾ ਫਿਰ ਨਾ ਮਤਲਬ ਕਿ ਮੈਂ ਸਕੂਲ ਆਈ ਅਤੇ ਮੈਂ ਨਾ ਆਪਣੀ ਮੰਮੀ ਨੂੰ ਦੱਸਦਾ, ਮਤਲਬ ਕਿ ਮੈਂ ਕੱਲ੍ਹ ਨੂੰ ਕਿਸੇ ਹੋਰ ਤੋਂ ਪਤਾ ਲੱਗੂਗਾ ਇੱਦਾਂ, ਮੈਂ ਚੱਲ ਮੈਂ ਹੁਣੇ ਦੱਸ ਦਿੰਦੀ ਹਾਂ। ਅਤੇ ਘਰਦੇ ਕਹਿੰਦੇ ਵੀ ਤੂੰ ਨਾ ਵੀ ਇੱਦਾਂ ਵੀ ਇੱਦਾਂ, ਤੈਨੂੰ ਪਤਾ ਉਹਨੂੰ ਪਤਾ ਹੀ ਸਟ੍ਰਿਕਟ ਘਰਦੇ ਹੁੰਦੇ, ਕਹਿੰਦੇ ਵੀ ਤੂੰ ਇੱਦਾਂ ਗੱਲ ਕਿਉਂ ਕੀਤੀ ਸਾਡੀ, ਫਲਾਨਾ ਇੱਦਾਂ ਸਾਨੂੰ ਪੁੱਛ ਕੇ ਨਹੀਂ ਕੀਤੀ, ਇੱਦਾਂ ਮੈਨੂੰ ਕਹਿਣ ਲੱਗ ਗਏ ਸਾਰੇ ਜਣੇ। ਮੈਂ ਕਿਹਾ ਨਹੀਂ, ਮੈਂ ਕਿਹਾ ਮੁੰਡਾ ਵਧੀਆ, ਮੈਂ ਤੁਹਾਨੂੰ ਉਹਦੇ ਘਰਦਿਆਂ ਨਾਲ ਵੀ ਮਿਲਾ ਦਿੰਦੀ ਹਾਂ ਇੱਦਾਂ ਆ। ਕਹਿੰਦੇ ਨਹੀਂ ਅਸੀਂ ਨਹੀਂ ਕਰਨਾ ਹੈਗਾ, ਪਹਿਲਾਂ ਮੰਨੇ ਨਹੀਂ ਹੈਗੇ, ਮਹੀਨਾ ਦੋ ਮਹੀਨੇ ਮਿਲ ਚੁੱਕੀ ਸੀ ਨਾ ਇੱਕ ਵਾਰੀ ਇਹਨਾਂ ਦੇ ਘਰਦਿਆਂ ਨੂੰ, ਤੇ ਕਹਿੰਦੇ ਚਲੋ, ਕਹਿੰਦੇ ਵੀ ਨਹੀਂ ਅਸੀਂ ਨੀ ਕਰਨਾ ਤੇਰਾ ਵਿਆਹ। ਫਿਰ ਦੋ ਮਹੀਨੇ ਬਾਅਦ ਮਤਲਬ ਕਿ ਉਹ ਕਹਿੰਦੇ ਵੀ ਨਹੀਂ ਅਸੀਂ ਤੇਰਾ ਵਿਆਹ ਵੀ ਨੀ ਕਰਨਾ, ਤੇ ਮੁੜ ਕੇ ਦੋ ਮਹੀਨੇ ਬਾਅਦ ਮੈਂ ਫਿਰ ਸਕੂਲੇ ਹੀ ਨਹੀਂ ਗਈ ਸੀ। ਮੈਂ ਕਿਹਾ ਮੈਂ ਸਕੂਲੇ ਵੀ ਨਹੀਂ ਪੜ੍ਹਨਾ ਜੇ ਤੁਸੀਂ ਮੇਰੀ ਮੈਰਿਜ ਵੀ ਨਹੀਂ ਕਰਨੀ ਉਹਦੇ ਨਾਲ, ਤੇ ਕਹਿੰਦੇ ਤੁਹਾਡੀ ਮਰਜ਼ੀ ਆ, ਉਹ ਕਹਿੰਦਾ ਦੇਖ ਲਾ ਤੂੰ ਪੜ੍ਹਨਾ ਜਾਂ ਨਹੀਂ ਪੜ੍ਹਨਾ। ਮੈਂ ਕਿਹਾ ਮੈਂ ਨਹੀਂ ਪੜ੍ਹਨਾ, ਮੈਂ ਉਹਨਾਂ ਹੀ ਵਿਆਹ ਕਰਾਉਣਾ ਵਾਂ, ਮੈਂ ਕਿਹਾ ਮੈਂ ਲਾਈਫ ਪਾਰਟਨਰ, ਮੈਂ ਕਿਹਾ ਮੈਂ ਵਿਆਹ ਤੋਂ ਬਾਅਦ ਪੜ੍ਹ ਲੂੰਗੀ। ਕਹਿੰਦੇ ਚਲੋ ਠੀਕ ਆ। ਫਿਰ ਕਹਿੰਦੇ ਫਿਰ ਮੇਰੀ ਮੰਮੀ ਸੋਚਣ ਲੱਗ ਗਈ ਕਿਤੇ ਹੋਰ ਕਰਾਂਗੇ ਵੀ, ਉੱਥੇ ਜੇ ਨਾ ਇੱਦਾਂ ਮਤਲਬ ਕਿ ਬੰਦਾ ਨਾ ਰਿਹਾ ਖੁਸ਼ ਨਾ ਰਿਹਾ, ਫਿਰ ਸਾਡੀ ਦਾ ਫਾਇਦਾ ਕੀ ਸਾਨੂੰ ਤੀਰ ਵਿਆਹੀ ਦਾ, ਹੈ ਨਾ। ਫਿਰ ਇਹਨਾਂ ਨਾਲ ਇਹਨਾਂ ਦੇ ਘਰਦਿਆਂ ਨਾਲ ਮਤਲਬ ਕਿ ਗੱਲਬਾਤ ਕੀਤੀ, ਇੱਦਾਂ ਸਾਡਾ ਰਿਸ਼ਤਾ ਪੱਕਾ ਹੋ ਗਿਆ। ਫਿਰ ਉਸ ਤੋਂ ਬਾਅਦ ਮਤਲਬ ਕਿ ਹਫ਼ਤੇ ਦੋ ਹਫ਼ਤੇ ਸਾਡੀ ਮੈਰਿਜ ਹੋ ਗਈ ਸੀ। ਉਹਦੇ ਵਿੱਚ ਮਤਲਬ ਕਿ ਜਿਹੜੀ ਇੱਕ ਚੀਜ਼ ਆਈ ਜਿਹੜੀ ਬੰਦੇ ਨੂੰ ਨਾ ਕਦੇ ਭੁੱਲਦੀ ਨਹੀਂ ਹੁੰਦੀ, ਮਤਲਬ ਕਿ ਇੱਕ ਇੱਦਾਂ ਦੀ ਚੀਜ਼ ਸੀ ਕਿ ਦੋ ਮਹੀਨੇ ਦਾ ਇੱਕ ਦੂਜੇ ਤੋਂ ਬਿਨਾਂ ਨਾ ਰਹਿਣਾ ਔਖਾ ਹੋ ਗਿਆ। ਅਤੇ ਮਤਲਬ ਕਿ ਗੱਲ ਹੋਈ ਨੂੰ ਵੀ ਥੋੜ੍ਹਾ ਟਾਈਮ ਹੋਇਆ ਸੀ ਕਿ ਇੰਨਾ ਨਹੀਂ, ਕੋਈ 4-5 ਸਾਲ ਹੋ ਜਾਵੇ, 6 ਸਾਲ ਹੋ ਜਾਵੇ ਨਾ, ਇੰਨਾ ਨਹੀਂ ਸੀ, ਮਤਲਬ ਕਿ ਜ਼ਿਆਦਾਤਰ ਹੋਊਗਾ 11-12 ਮਹੀਨੇ ਗੱਲ ਹੋਈ। ਅਤੇ ਉਸ ਤੋਂ ਬਾਅਦ ਥੋੜ੍ਹਾ ਇੱਦਾਂ ਪੰਗਾ ਪੈ ਗਿਆ, ਅਤੇ ਮਤਲਬ ਘਰਦਿਆਂ 'ਚ ਪਤਾ ਲੱਗ ਗਿਆ, ਅਤੇ ਇਹਨੂੰ ਇਹਦੀ ਭੂਆ ਕੋਲ ਭੇਜ ਦਿੱਤਾ ਇਹਦੇ ਘਰਦਿਆਂ ਨੇ ਵੀ ਚਲੋ ਉੱਥੇ ਜਾ ਕੇ ਕੀ ਪਤਾ ਸੁਧਰ ਜਾਵੇ, ਅਤੇ ਇਹ ਪਰ ਉੱਥੇ ਜਾ ਕੇ ਵੀ ਨਹੀਂ ਸੁਧਰੀ। ਅਤੇ ਦੋ ਮਹੀਨੇ ਮਤਲਬ ਕਿ ਬਹੁਤ ਔਖੇ ਕੱਟੇ, ਅਤੇ ਹੁਣ ਇਹ ਤਾਂ ਫੋਨ ਵੀ ਖੋਲਿਆ, ਸਭ ਕੁਛ ਖੋਲਿਆ, ਹੁਣ ਜਿਹੜੇ ਬੰਦੇ ਨੂੰ ਆਦਤ ਹੋਵੇ ਨਾ ਕਿ ਅਸੀਂ ਤਾਂ ਇੰਨਾ ਕੁ ਹੁੰਦਾ ਸੀਗਾ ਵੀ ਜਦੋਂ ਰੋਟੀ ਖਾਣੀ ਹੈ ਨਾ ਉਦੋਂ ਵੀ ਵੀਡੀਓ ਕਾਲ ਲਾ ਕੇ ਸਾਹਮਣੇ ਰੱਖ ਲੈਣੀ ਕਿ ਹੁਣ ਰੋਟੀ ਖਾਣੀ ਹੈ, ਅਤੇ ਜੇ ਨਹੀਂ ਆਈ ਤਾਂ ਖਾਣੀ ਨਹੀਂ ਰੋਟੀ, ਚਾਹੇ ਮੈਂ ਕੰਮ 'ਤੇ ਹੋਵਾਂ ਚਾਹੇ ਮੈਂ ਘਰੇ ਹੋਵਾਂ, ਖਾਣੀ ਨਹੀਂ। ਅਤੇ ਦੋ ਮਹੀਨੇ ਮਤਲਬ ਕਿ ਬਹੁਤ ਔਖਾ ਹੋਇਆ ਕਿ ਫਿਰ ਘਰਦਿਆਂ ਨੇ ਵੀ ਸਾਥ ਦਿੱਤਾ ਵੀ ਚੱਲ ਵੀ ਤੇ ਤੇਰਾ ਪਿਆਰ ਸੱਚਾ ਵੀ ਤੈਨੂੰ ਆਪ ਹੀ ਮਿਲ ਜੂਗਾ ਨਾ, ਵੀ ਤੂੰ ਇੰਨਾ ਰੋ ਨਾ ਕਿ ਇੱਦਾਂ ਨਾ ਕਰ, ਤੂੰ ਕਿਉਂ ਟੈਨਸ਼ਨ ਲੈਂਦਾ ਨਾ। ਅਤੇ ਬਸ ਫਿਰ ਉਹ 2 ਮਹੀਨੇ ਬਸ ਜ਼ਿੰਦਗੀ 'ਚ ਸਭ ਤੋਂ ਔਖੇ ਸੀਗੇ, ਉਹ 2 ਮਹੀਨੇ 10 ਸਾਲ ਦੇ ਬਰਾਬਰ ਸੀ ਮੇਰੇ ਲਈ। ਮਤਲਬ ਕਿ ਨਾ ਬੰਦਾ ਨੂੰ ਮਤਲਬ ਕਿ ਇੱਕ ਲਾਈਫ ਮਤਲਬ ਕਿ ਜਿਹੜੀ ਮੇਰੀ ਇੰਨੀ ਵਧੀਆ ਲਾਈਫ ਸੀ, ਫੋਨ ਮਿਲਣਾ, ਹੈ ਨਾ, ਸਕੂਲ ਜਾਣਾ, ਸਹੇਲੀਆਂ ਨਾਲ ਘੁੰਮਣਾ, ਇੱਕੋ ਦਮ ਸਭ ਕੁਝ ਬੰਦ ਹੋ ਗਿਆ ਸੀ। ਕਿਤੇ ਜਾਣਾ ਨਹੀਂ, ਨਾ ਫੋਨ ਚਲਾਉਣਾ, ਬਹੁਤ ਰੋਕ ਟੋਕ ਕਰਦੇ ਸੀ ਇੱਦਾਂ ਵੀ ਤੂੰ ਇੱਦਾਂ ਨਹੀਂ ਕਰਨਾ ਹੈਗਾ, ਫਲਾਨਾ ਨਹੀਂ ਕਰਨਾ, ਮਤਲਬ ਕਿ ਇੱਦਾਂ ਨਹੀਂ ਚੰਗੇ ਵੀ ਸੀ, ਮਤਲਬ ਕਿ ਭੂਆ ਨਹੀਂ ਸੀ ਚੰਗੇ ਹੈਗੇ, ਵੱਡਾ ਬਰੋਹ 'ਚ ਬਹੁਤ ਚੰਗਾ ਸੀ, ਅਤੇ ਉਹ ਮੇਰਾ ਬਹੁਤ ਸਾਥ ਦਿੰਦਾ ਹੁੰਦਾ ਸੀ। ਅਤੇ ਮਤਲਬ ਕਿ ਨਾ ਇੱਦਾਂ ਰੋਕ ਟੋਕ ਕਰਨੀ, ਅਤੇ ਮੈਂ ਨਾ ਬਿਮਾਰ ਹੋ ਗਈ ਸੀ ਉੱਥੇ, ਅਤੇ ਫਿਰ ਇਹ ਮੈਨੂੰ ਕਹਿੰਦੇ ਵੀ ਉੱਥੋਂ ਦਵਾਈ ਨਹੀਂ ਮਿਲਦੀ ਹੈਗੀ, ਅਤੇ ਮੈਂ ਕਿਹਾ ਚਲੋ ਠੀਕ ਹੈ ਵੀ ਵੀ ਭੂਆ ਕਹਿੰਦੀ ਚੱਲ ਤੈਨੂੰ ਮੈਂ ਘਰੇ ਛੱਡ ਆਉਂਦੀ ਹਾਂ, ਮੈਂ ਕਿਹਾ ਚਲੋ ਠੀਕ ਹੈ। ਫਿਰ ਮੈਨੂੰ ਕਹਿੰਦੇ ਵੀ 4-5 ਦਿਨ ਰਹਿ ਲਾ ਉੱਥੇ, ਫਿਰ ਤੈਨੂੰ ਵੀ ਅਸੀਂ ਲੈ ਆਵਾਂਗੇ ਵਾਪਸ। ਅਤੇ ਫਿਰ ਉੱਥੇ ਮੈਂ ਰਹਿਣ ਲੱਗ ਗਈ, ਮੈਂ ਨਾ ਮਤਲਬ ਕਿ ਨਾ ਰੋਣ ਲੱਗ ਗਈ, ਮੈਂ ਕਿਹਾ ਵੀ ਯਾਰ ਮੈਂ ਰੋਣ ਲੱਗ ਗਈ, ਮੰਮੀ ਨੇ ਪੁੱਛਿਆ ਕੀ ਹੋਇਆ, ਮੈਂ ਕਿਹਾ ਯਾਰ ਮੈਂ ਦੁਬਾਰਾ ਪੜ੍ਹਨਾ ਚਾਹੁੰਦੀ ਹਾਂ, ਵੀ ਮੈਨੂੰ ਇੱਕ ਮੌਕਾ ਦੇ ਦਿਓ, ਹੈ ਨਾ, ਵੀ ਮੈਂ ਆਪਣੀ ਸਟੱਡੀ ਦਵਾ 'ਚ ਕਰਨੀ, ਮੈਂ ਮੁੰਡੇ ਵੱਲ ਕਦੇ ਅੱਖ ਚੱਕ ਕੇ ਨਹੀਂ ਦੇਖਦੀ ਹੈਗੀ। ਕਹਿੰਦੇ ਨਹੀਂ ਹੁਣ ਨਹੀਂ ਸਟੱਡੀ ਕਰਨੀ, ਹੁਣ ਤੇ ਰੱਦ 5-6 ਸਾਲ ਬਾਅਦ ਮੈਰਿਜ ਹੀ ਕਰਨੀ ਤੇਰੀ, ਸਿੱਧੇ ਸਟੱਡੀ ਨਹੀਂ ਕਰਨੀ ਹੈਗੀ, ਇਸ ਤੋਂ ਬਾਅਦ ਸਟੱਡੀ ਨਹੀਂ ਕਰਾਉਣੀ। ਮੈਂ ਬੜੇ ਤਰਲੇ ਮਿੰਤਾਂ ਕੀਤੇ ਆਪਣੇ ਘਰਦਿਆਂ ਦੇ, ਹੈ ਨਾ, ਮੈਨੂੰ ਸਟੱਡੀ ਕਰਾ ਦਿਓ, ਫਲਾਨਾ ਕਰਾ ਦਿਓ, ਅਤੇ ਉਹਨਾਂ ਨੇ ਕੀਤਾ ਨਹੀਂ। ਮੈਂ ਕਿਹਾ ਚਲੋ ਸਟੱਡੀ ਨਹੀਂ ਮਿਲਦੀ, ਬੜਾ ਪਿਆਰ ਤਾਂ ਪਾਵਾਂ, ਪਿਆਰ ਤਾਂ ਮਿਲੂਗਾ ਹੀ ਮੈਨੂੰ। ਫਿਰ ਮੈਂ ਨਾ ਕੀ ਕਹਿੰਦੇ ਮੈਂ ਘਰੇ ਫਿਰ ਦੱਸਤਾ। ਅੱਛਾ, ਸੋਚ ਲਿਆ ਸੀ ਮਨ ਦੇ ਵਿੱਚ ਕਿ ਨਹੀਂ, ਜੇਕਰ ਪੜ੍ਹਾਈ ਕਰਨ ਦਾ ਮੌਕਾ ਮਿਲਿਆ ਫਿਰ ਮੁੰਡੇ ਨੂੰ ਬੁਲਾਉਣਾ।
हाँ ये सोच लिया सी, मलकी सोच लिया सी भी चल जे प्यार नहीं मिलिया तो स्टडी तो मिलूगी गांव, चल जिदा का मर्जी लाइफ पार्टनर मिले सही हो वे, पर बंदा पढ़ाई तो बंद विश्वास तो होगा पढ़ाई की इस तो बाद फिर मैं घरदे मुझे तो बहुत अरले मिलते कहते मैंने स्टडी कराओ, मैं बड़ा ही रोई घरदे सामने है ना, तो घरदे कहते नहीं असी तेरी कोई नहीं मानी, कहते कहते सू पुछ के नहीं किया तू भी इदा। तो इस तो बाद फिर मैं घर दसता मैं मैं जो मैं मैं विह करा तो मैं उस मुंडे ने करा नहीं तो मैं किसी मुंडे ना नहीं करा, मैं जो तुम मेरा रिश्ता करोगे भी ना किसी ने पांच छः साल बाद मैं कह देना भी हाँ भी मेरी मुंडे ना गल सी भी मैं तुम्हें मिल के आई हूँ, इदा मैं सोच लिया सी कहन। फिर उन्होंने डरदे मारिया ने कहता चले तो रिश्ता उत्थे ही कर देने, फिर ये दो हफ्ते च रिश्ता हो गया साडा, फिर साडी मैरिज हो गई सी। हाँ जी चाह तो बहुत है, मतलब कि बस जो फोन आया ना यदा मैंने भी कहते भी करते इदा मन गए भी कहते मैरिज करनी है ना कि आप एक दो हफ्ते के बच्चे कर लेनी है, तो मैं क्या ठीक है चलो कोई नहीं वधिया गल। जो फोन आया फोन कट के मैं पहला सीधा मत्था टेकने गया रहा सब, मतलब कि जिते मैं सुखदा सगा ना जितों मैं सब कुछ मिलता पुलिस ना उत्थे गया मैं मत्था टेकया, फिर मैं चलो हूँ भी जिदन ब्याह के लैके आया फिर उदन भी सीधा उत्थे गया, पहला घर बाहर गया पहला उत्थे गया सीधा, तो फिर जाके फिर बहुत चा सगा मतलब कि यह सगा कि हाँ सारिया खुशियां मिल गई है ना, हूँ भी जिड़ी चीज़ ना तरसते थे वो मिल गई। मेरी है 19 साल एज, मेरी भी कुछ रिश्तेदार भी है बच्चे जो इदा कहते हैं कि ऐ क्यों कर देने इदा क्यों कर दे, रिश्तेदार यही कहते हैं कि तुम्हारे घर की इज्जत है तुम इन रोलन लगे ऐ कर लगे वो कर दे, अही कि मतलब कि उ मैं उन्होंने समझाया कि अही कुछ इदा कुछ गलत करते हैं सही, एक आराम सिंपल वीडियो के एंटरटेनमेंट है लोगों का बस कि हाँ लोग वीडियो देखते खुश होंगे है ना सू इना प्यार देंगे सही है गल, बाकी कुछ नहीं कि मैं ये सोचता हूँ कि जोड़ा गलत बोलता बोली जाए आप अगर जवाब नहीं दिता काम ना जवाब दो मुंह ना दो बस ये अपना असूल है। मैं दिल से थोड़ी बहुत तबीयत दी चलो, पर मैं सोचा भी मतलब कि इदा कि कई यार टेंशन नहीं लैनी हैगी, जे आप इन्हों की टेंशन लग गए तो आप गांह कदा बदांगे, मतलब कि मैनू परवाह नहीं हैगी जो मर्जी बोल, मतलब कि एक हम सफर का साथ हो ना वो बेस्ट होंगे भी हम सफर नहीं रोकता जो घर के सास सहुरा नहीं रोकते है लोगों को लोग कही जान मैं फर्क नहीं पैंदा है। हाँ सस बहुत सपोर्टिव नहीं सस बहुत चंगी मतलब कि जिदा मतलब हजे अपनी मतलब की कुड़ी घट प्यार करते मैं ज्यादा प्यार करते है। हाँ जी हाँ जी दुख लगूगा सीधी जी गल नहीं जवाब मैं कदे किसी नूं दित्ता नहीं, जिहड़ा करदा करी जावे कोई नहीं, अगले दी खुशी अगला करके खुश है तो खुश रहे है ना, जे अगला बैड कमेंट करे खुश है तो वधिया अपनी लाइफ खुश रहे, मैं तो कहना जिते एक करदा ते दस करे सानूं तां फायदा ही आ, जिन्ने बैड कमेंट आउंदे उन्नी वीडियो ते व्यूज आउंदे आ चक्कर होर कुछ नहीं सीधा ये हिसाब किताब, बाकी जो कोई ज़्यादा मतलब कि करन लग जाए फिर मैं कमेंट ऑफ कर दिंदा उन्हां कि बस हुण इहदी लास्ट वार्निंग ही आ, बाकी कदे जवाब नहीं दिता किसी कि हाँ गाला कड़ो फोन ला के ना भी इदा करो करो इदा कदे नहीं किया, जिहड़ा करदा करी जावे उहदी खुशी है। अच्छा।
ਕਦੇ ਆਂਡ ਗੁਆਂਡ ਰਿਸ਼ਤੇਦਾਰ ਘਰ ਦੇ ਵਿੱਚ ਆਏ ਹੋਣ ਤੇ ਤੁਹਾਡੇ ਸਾਸੂ ਮਾਂ ਨੂੰ ਭੜਕਾਉਣ ਦੀ ਕੋਸ਼ਿਸ਼ ਕੀਤੀ ਹੋਵੇ ਲੈ ਤੁਹਾਡੀ ਨੂੰ ਤਾਂ ਵੀ ਐ ਲੱਗੀ ਹੋਈ ਐ ਇਹਨੂੰ ਹਟਾ ਲਓ ਆ ਕਦੇ ਕਮੀ ਲੱਗੀ ਹੋਈ ਐ ਤਾਂ ਕਦੇ ਹੋਇਆ ਨਹੀਂ ਇਦਾਂ ਦਾ ਕਦੇ ਹੋਇਆ ਨਹੀਂ ਹੈਗਾ ਨਹੀਂ ਹੈ ਨਹੀਂ ਅੱਛਾ ਸਾਰੇ ਪਰ ਇਹ ਸਾਰਾ ਸਾਹਿਬ ਦਾ ਕਿੱਦਾਂ ਸਪੋਰਟ ਹੈ ਹਾਂਜੀ ਸਾਰਾ ਸਾਹਿਬ ਦਾ ਵਧੀਆ ਹੀ ਹੈ ਅੱਛਾ ਪੂਰੇ ਪਰਿਵਾਰ ਦਾ ਤੁਹਾਨੂੰ ਸਪੋਰਟ ਹੈ ਹਾਂਜੀ ਹਾਂਜੀ ਅੱਛਾ ਤੁਹਾਡੇ ਦੋ ਮੈਂ ਤੇ ਲੜਾਕੂ ਕੌਣ ਹੈ ਲੜਾਕੂ ਤਾਂ ਇਹੀ ਹੈ ਅੱਛਾ ਮੈਂ ਤਾਂ ਬਸ ਠੱਡੇ ਸੁਭਾਅ ਦਾ ਹੁੰਦਾ ਵਾ ਹੋਰ ਕੁਛ ਨਹੀਂ ਅੱਛਾ ਲੜਦੇਗਾ ਤਾਂ ਤੁਸੀਂ ਲੜਦੇ ਇਹਨਾਂ ਨੇ ਪੰਦਰਾਂ ਮਿੰਟ ਬਾਅਦ ਫਿਰ ਇਕੱਠੇ ਹੋ ਜਾਣਾ ਉਹਨੇ ਮੁੜ ਕੇ ਕਹਿਣਾ ਹੀ ਬੰਦ ਕਰਤਾ ਕਰਦੇ ਨੇ ਵੀ ਲੜੋ ਨਾ ਛੁੱਟੀ ਹੋਵੇ ਏਦਾਂ ਘੁ੮ੰਣ ਫਿਰਨ ਦਾ ਸ਼ੌਂਕ ਹੁੰਦਾ ਕਈ ਕਈ ਵਾਰ ਬੜੀ ਛੋਟੀ ਉਮਰ ਦੇ ਵਿੱਚ ਤੁਸੀਂ ਵਿਆਹ ਕਰਾਇਆ ਨਾ ਬਹੁਤ ਸਾਰੇ ਚਾਅ ਹੁੰਦੇ ਆ ਉਹ ਤੁਹਾਡੇ ਸਾਰੇ ਚਾਅ ਪੂਰੇ ਹੋਏ ਆ ਹਾਂਜੀ ਨਹੀਂ ਨਹੀਂ ਕੋਈ ਚਾਅ ਨਹੀਂ ਮਰਿਆ ਬਾਹਰ ਜਾਣਾ ਜਿੰਨੇ ਵੀ ਆ ਇਨਫਲੂਐਂਸਰ ਆ ਜਿੰਨੇ ਵੀ ਆਪਣੇ ਰੀਅਲ ਸਟਾਰ ਆ ਬਾਹਰ ਕਿਉਂ ਜਾਂਦੇ ਸਾਰੇ ਮਲਕੀ ਮੈਨੂੰ ਸ਼ੁਰੂ ਤੋਂ ਹੀ ਸ਼ੌਂਕ ਆ ਵੀ ਆਪਣੇ ਪੈਰਾਂ ਤੇ ਖੁਦ ਸਟੈਂਡ ਹੋਣਾ ਆ ਵੀ ਮੇਰਾ ਸ਼ੁਰੂ ਤੋਂ ਹੀ ਡ੍ਰੀਮ ਆ ਮਲਕੀ ਡੈਡੀ ਨੇ ਵੀ ਕਿਹਾ
ਨਹੀਂ ਪੁਗਾਏ ਜਾ ਸਕਦੇ ਇੰਡੀਆ 'ਚ? ਇੱਥੇ ਇੰਡੀਆ ਤੁਹਾਨੂੰ ਪਤਾ ਹੀ ਆ, ਇੰਡੀਆ 'ਚ ਬਹੁਤ ਹੀ ਘੱਟ ਉਹ ਹੁੰਦੀ ਤਨਖਾਹ। ਇੰਡੀਆ 'ਚ ਲੋਕੀ ਆਪਣੇ ਹੈਗਾ ਕਿ ਆਪਾਂ ਪਗਾ ਸਕਦੇ ਆ ਜੇ ਇਨਕਮ ਜ਼ਿਆਦਾ ਹੋਵੇ ਬੰਦੇ। ਹੁਣ ਇੱਧਰ ਦੀ ਇਨਕਮ ਜਿਹੜੀ ਆ ਉਹ ਥੋੜ੍ਹੀ ਆ, ਜਾਣੀ ਕਿ ਹੱਦ ਤੋਂ ਹੱਦ ਜਿੰਨਾ ਬੰਦਾ ਕਮਾ ਲਵੇ 20,000 ਤੋਂ ਉੱਤੇ ਨਹੀਂ ਕਮਾ ਸਕਦਾ ਕੋਈ ਵੀ ਬੰਦਾ ਹੈ। ਜਿਹੜਾ ਹੁਣ ਮਤਲਬ ਕਿ ਆਮ ਬੰਦਾ ਹੈ ਉਹਦੀ ਤਾਂ 10,000 ਤੋਂ ਉੱਤੇ ਸੈਲਰੀ ਹੈ ਹੀ ਨਹੀਂ। ਜਿਹਦਾ ਹੁਣ ਮਤਲਬ ਕਾਰੀਗਰ ਆ ਉਹ ਕੋਈ ਬੰਦਾ ਹੈ ਉਹ ਤਾਂ ਹੈਗੀ ਹੈ ਵੀ ਚਲੋ 25-30,000 ਕਮਾ ਲੈਂਦਾ। ਜਿਹੜਾ ਮਾੜਾ ਬੰਦਾ ਉਹ ਕਿੱਥੋਂ ਕਮਾਊਗਾ? ਮਾੜਾ ਬੰਦਾ ਤਾਂ ਹੁਣ ਇਹੀ ਆ ਕਿ ਬਾਹਰ ਹੀ ਨਿਕਲੂਗਾ, ਚਲੋ ਆਪਣਾ ਘਰ ਬਾਰ ਬਣਾਉਣਾ ਨਾ, ਘਰ ਛੱਡ ਕੇ ਜਾਣਾ। ਤੇ ਬਾਕੀ ਬਸ ਮੈਂ ਤਾਂ ਇਹਨੂੰ ਕਿਹਾ, ਕਹਿੰਦੇ ਤੂੰ ਵੀ ਮੇਰੇ ਨਾਲ ਜਾਣਾ। ਮੈਂ ਨਹੀਂ ਜਾਣਾ, ਮੈਂ ਆਪਣੇ ਉੱਥੇ ਹੀ ਰਹਿਣਾ ਪੰਜਾਬ 'ਚ, ਵੀ ਤੂੰ ਜਾਣਾ ਵੀ ਮੈਂ ਤੈਨੂੰ ਭੇਜ ਦੂੰਗਾ, ਹੋਰ ਕੁਛ ਨਹੀਂ ਹੈਗਾ ਬਸ। ਫੈਮਿਲੀ ਕੰਡੀਸ਼ਨ ਸਾਡੀ ਵਧੀਆ ਹੈ, ਮਤਲਬ ਕੁਛ ਨਹੀਂ, ਕਿਸੇ ਲੜਾਈ ਨਹੀਂ ਹੁੰਦੀ। ਕਮਾਣ ਵਾਲਾ ਘਰ 'ਚ ਮੈਂ ਹੀ ਆ, ਜੇ ਤਾਂ ਡੈਡੀ ਬਿਮਾਰ ਆ ਥੋੜ੍ਹਾ ਜਿਹਾ ਕਰਕੇ, ਫਿਰ ਉਹਨਾਂ ਦੇ ਮਤਲਬ ਕਿ ਬ੍ਰੇਨ ਦੀ ਆ ਮਤਲਬ ਕਿ ਪ੍ਰੋਬਲਮ। ਹਾਂਜੀ ਹਜੇ ਇਸ ਟਾਈਮ ਤਾਂ ਇਕੱਲਾ ਹੀ ਆ, ਬਾਕੀ ਉੱਦਾਂ ਫਿਰ ਵੀ ਸਾਥ ਦਿੰਦੇ, ਜਿੱਦਾਂ ਮਰਜ਼ੀ ਹੈਗੇ ਥੋੜ੍ਹਾ ਬਹੁਤਾ ਸਾਥ ਦਿੰਦੇ ਆ ਕਰਦੇ। ਸਾਡੇ ਘਰ ਨੂੰ ਇਹ ਹੈ ਕਿ ਜੇ ਚੀਜ਼ ਚਾਹੀਦੀ ਹੈ ਮੈਨੂੰ ਮਹੀਨਾ ਪਹਿਲਾਂ ਦੱਸ ਦੇਣਾ ਕਿ ਹਾਂ ਚੀਜ਼ ਚਾਹੀਦੀ ਹੈ ਨਾ, ਆਪਾਂ ਕਿਹਦਾ ਅਰੇਂਜਮੈਂਟ ਕਰਨਾ ਏਦਾਂ। ਮਤਲਬ ਸਾਰਾ ਸਲਾਹ ਨਾਲ ਹੁੰਦਾ ਕੰਮ, ਏਦਾਂ ਨੀ ਕਿ ਇਕੱਲੇ ਮੁੰਡੇ ਦੇ ਸਾਈਡ ਤੋਂ ਜ਼ਿੰਮੇਵਾਰੀ, ਉਹ ਕੰਮ ਹੁੰਦਾ। ਜਿੱਦਾਂ ਕਈਆਂ ਦੇ ਘਰਾਂ 'ਚ ਮੈਂ ਵੀ ਦੇਖਿਆ ਕਿ ਆ ਵੀ ਤੂੰ ਏਦਾਂ ਨਹੀਂ ਕਰਦਾ, ਆਹ ਨਹੀਂ ਕਰਦਾ, ਵੀ ਘਰ ਦੇ ਰੋਕ ਟੋਕ ਕਰਦੇ। ਮੇਰੇ ਘਰ ਦੇ ਕਦੇ ਰੋਕ ਟੋਕ ਨਹੀਂ ਕਰਦੇ ਮੈਨੂੰ, ਉਹ ਕਹਿੰਦੇ ਵੀ ਆਪਣੀ ਮਰਜ਼ੀ ਨਾਲ ਜੋ ਤੂੰ ਕਰਨਾ ਕਰ ਲਾ। ਉਹਨਾਂ ਨੂੰ ਵਿਆਹ ਕਰਵਾਉਣ ਲੱਗੇ ਨਹੀਂ ਰੋਕਿਆ, ਮੈਂ ਤੁਹਾਨੂੰ ਕਿਹਾ ਇੱਕ ਵਾਰੀ ਮੈਂ ਵੀ ਮੈਂ ਮੰਮੀ ਡੈਡੀ ਨੂੰ ਦੋਨਾਂ ਬਿਠਾਇਆ, ਮੈਂ ਕਿਹਾ ਮੈਂ ਇੱਦਾਂ ਦਾ ਵਿਆਹ ਕਰਾਉਣਾ ਵੀ ਕੁੜੀ ਦੇ ਘਰ ਦੇ ਮੰਨਦੇ ਆ। ਕਹਿੰਦੇ ਚਲੋ ਉੱਠ ਕੇ ਤੁਰ ਪਏ ਨਾਲ ਹੀ। ਕਹਿੰਦੇ ਚਲੋ ਚਲੋ, ਕਹਿੰਦੇ ਅਸੀਂ ਤਾਂ ਪਹਿਲੇ ਨੰਬਰ 'ਤੇ ਆ ਵੀ ਸਾਨੂੰ ਤੇਰੀ ਖੁਸ਼ੀ ਚਾਹੀਦੀ ਆ, ਵੀ ਸਾਨੂੰ ਹੋਰ ਕੀ ਆ ਨਾ ਤੇਰੇ ਤੋਂ ਉੱਤੇ, ਵੀ ਸਾਨੂੰ ਤਾਂ ਤੇਰੀ ਖੁਸ਼ੀ ਚਾਹੀਦੀ ਆ। ਅਤੇ ਬਸ ਫਿਰ ਬਾਕੀ ਹੋਰ ਹੋ ਜਾਂਦੀ ਸੀ। ਹੁਣ ਜ਼ਿੰਦਗੀ ਵਧੀਆ, ਸਭ ਕੁਛ ਕੂਲ ਆ, ਮੋਮ ਡੈਡ ਵਾਈਫ ਸਭ ਕੁਛ ਕੂਲ ਆ, ਵਧੀਆ ਜ਼ਿੰਦਗੀ ਆ। ਜ਼ਿੰਦਗੀ ਤੋਂ ਕੋਈ ਗਿਲਾ ਸ਼ਿਕਵਾ ਤਾਂ ਨਹੀਂ? ਨਹੀਂ, ਜ਼ਿੰਦਗੀ ਤੋਂ ਤਾਂ ਕੋਈ ਗੋਲਾ ਸ਼ਿਕਵਾ ਨਹੀਂ, ਕੋਈ ਗਿਲਾ ਸ਼ਿਕਵਾ ਨਹੀਂ। ਸਾਡੇ ਆਡੀਅੰਸ ਲਈ ਐਂਡ ਦੇ ਵਿੱਚ ਕੀ ਮੈਸੇਜ ਦੋਗੇ? ਐਂਡ ਦੇ ਵਿੱਚ ਮੈਸੇਜ ਇਹੀ ਆ, ਬਸ ਜਿੱਦਾਂ ਪਿਆਰ ਦਿੰਦੇ ਆ ਨਾ, ਮਤਲਬ ਕਿ ਇੱਦਾਂ ਦਿੰਦੇ ਰਹਿਣ, ਅਤੇ ਬਾਕੀ ਜਿਹੜੇ ਗਲਤ ਕਮੈਂਟ ਕਰਦੇ ਆ ਉਹ ਵੀ ਦਿੰਦੇ ਰਹਿਣ, ਕੋਈ ਨਹੀਂ, ਉਹਨਾਂ ਦਾ ਵੀ ਧੰਨਵਾਦ ਹੀ ਆ। ਜਿਹੜੇ ਟ੍ਰੋਲਰ ਟ੍ਰੋਲ ਕਰਦੇ ਨੇ ਉਹਨਾਂ ਨੂੰ ਕੀ ਕਹੋਗੇ? ਮੈਨੂੰ ਸਮਝ ਨਹੀਂ। ਜਿਹੜੇ ਟ੍ਰੋਲ ਕਰਦੇ ਆ, ਕਿਸੇ ਦਾ ਮਜ਼ਾਕ ਉਡਾਉਂਦੇ ਨੇ, ਕਿਸੇ ਦੀ ਵੀਡੀਓ ਚੱਕ ਕੇ ਉੱਤੇ ਮੀਮਸ ਲਾ ਦੇਣੇ, ਉੱਤੇ ਫਨੀ ਵੀਡੀਓ ਬਣਾਉਣੀ, ਉਹਨਾਂ ਨੂੰ ਕੀ ਕਹੋਗੇ? ਉਹਨਾਂ ਨੂੰ ਮੈਂ ਇਹੀ ਕਹਿੰਦਾ ਕਿ ਮਤਲਬ ਕਿ ਜੇ ਤੁਸੀਂ ਕਿਸੇ ਦੀ ਧੀ ਭੈਣ ਦੀ ਵੀਡੀਓ ਚੱਕ ਕੇ ਪਾਉਂਦੇ ਆ ਨਾ,
ਵੀ ਕੱਲ ਨੂੰ ਜੇ ਤੁਹਾਡੀ ਧੀ ਭੈਣ ਬੰਦਾ ਬਣਾ ਕੇ ਪਾ ਦੋ ਉਹਦੀ ਕੋਈ ਪੇਜ ਤੇ ਜਾ ਕੇ ਪਾ ਦੋ ਬਦਨਾਮੀ ਕਰ ਦੋ ਫਿਰ ਉਹਨਾਂ ਨੂੰ ਪਤਾ ਲੱਗੂਗਾ ਕਿ ਹਾਂ ਦੁੱਖ ਕੀ ਹੁੰਦਾ ਚਲੋ ਕਈ ਬੰਦਿਆਂ ਦੀ ਦੇਖੀ ਆ ਮੈਂ ਵੀਡੀਓ ਕਿ ਉਹ ਕੁੜੀ ਕੁਛ ਕਰ ਰਹੀ ਆ ਜੇ ਆਪਣੀ ਮਤਲਬ ਕੁੜੀ ਅੱਗੇ ਜਾਣਾ ਚਾਹੁੰਦੀ ਆ ਕੋਈ ਕੋਈ ਉਹਦੇ ਸਰੀਰ ਨੂੰ ਲੈ ਕੇ ਰੋਈ ਜਾਂਦਾ ਤੇ ਕੋਈ ਕੁਛ ਕਰੀ ਜਾਂਦਾ ਤਾਂ ਕੋਈ ਗਲਤ ਵੀਡੀਓ ਪਾਈ ਜਾਂਦਾ ਚੱਕ ਕੇ ਤੇ ਕੋਈ ਕਿੱਧਰ ਪਾਈ ਜਾਂਦਾ ਇਹ ਚੱਕਰ ਨਹੀਂ ਕਰਨਾ ਚਾਹੀਦਾ ਅਗਲੇ ਦੀ ਵੀ ਕੋਈ ਲਾਈਫ ਅਗਲਾ ਅੱਗੇ ਜਾਣਾ ਚਾਹੁੰਦਾ ਅਗਲੇ ਨੂੰ ਸਪੋਰਟ ਕਰੋ ਇਹ ਮਜ਼ਾਕ ਨਾ ਬਣਾਓ ਕਿਸੇ ਦਾ ਇਹ ਚੱਕਰ ਆ ਬਸ ਹਸਬੈਂਡ ਡੈਡੀਕੇਟ ਤਾਂ ਕੋਈ ਗਾਣਾ ਹੀ ਹੈ ਨਹੀਂ ਸੀ ਮੈਂ ਤਾਂ ਮਤਲਬ ਉਹ ਸੁਣਾਉਂਗਾ ਜਿਹੜਾ ਮਤਲਬ ਕਿ ਵਿਆਹ ਤੋਂ ਪਹਿਲਾਂ ਇਹਨੂੰ ਜ਼ਿਆਦਾਤਰ ਸੁਣਾਉਂਦਾ ਹੁੰਦਾ ਸੁਣਾ ਦੋ ਹੀ ਸੁਣਾ ਜਦ ਤੱਕ ਯਾਦ ਕਰ ਲੈਣਗੇ ਉਹ ਬਾਕੀ ਸਭ ਕੁਝ ਸਿਮਰਨ ਨੇ ਕਰਿਆ ਹਾ ਇੱਕ ਕੰਮ ਪੱਕਾ ਕੀਤਾ ਨਹੀਂ ਹੋ ਝੂਠਾ ਪਿਆਰ ਦਾ ਡਰਾਮਾ ਕਰ ਕੁੜੀ ਨਾ ਕਿਸੇ ਵੀ ਕਦੇ ਧੱਕਾ ਕੀਤਾ ਨਹੀਂ ਹੋ ਦਿਲੋਂ ਇੱਕ ਦਾ ਕੀਤਾ ਏ ਜੱਗ ਜਾਣਦਾ ਦਿਲੋਂ ਇੱਕ ਦਾ ਕੀਤਾ ਏ ਜੱਗ ਜਾਣਦਾ ਹੋ ਕਿਸੇ ਵੀ ਸੁਣਾਏ ਬੜੇ ਨੇ ਹੋ ਕੱਲੇ ਬਾਲ ਨੀ ਵਧਾਏ ਜਾਣੇ ਮੇਰੀਏ ਮੈਂ ਬੰਦੇ ਵੀ ਵਧਾਏ ਬੜੇ ਨੇ ਮਤਲਬ ਇਹ ਟੱਪਾ ਮੇਰਾ ਫੇਵਰੇਟ ਸੀਗਾ ਸ਼ੁਰੂ ਤੋਂ ਮੈਂ ਇਹੀ ਸੁਣਾਉਂਦਾ ਹੁੰਦਾ ਇਹਨੂੰ ਜਦੋਂ ਪਹਿਲੇ ਮੈਨੂੰ ਫੋਨ ਤੇ ਕਹਿਣਾ ਕਿ ਹਾਂ ਗਾਣਾ ਸੁਣਾ ਮੈਨੂੰ ਤਾਂ ਮੈਂ ਇਹੀ ਸੁਣਾਉਣਾ ਇਹਨੂੰ ਜ਼ਿਆਦਾਤਰ ਮੈਨੂੰ ਸ਼ੁਰੂ ਤੋਂ ਗਾਉਣ ਦਾ ਸ਼ੌਂਕ ਮੈਨੂੰ ਛੋਟੇ ਹੁੰਦੇ ਤੇ ਮਤਲਬ ਜਦੋਂ ਮੈਂ 5 ਕਲਾਸ 'ਚ ਪੜ੍ਹਦਾ ਸੀ ਨਾ ਤੇ ਮਤਲਬ ਕਿ ਉਦੋਂ ਤਾਂ ਮੈਨੂੰ ਮੈਡਮ ਖੜਾ ਕਰ ਦੇਣਾ ਕਿ ਹਾਂ ਕਰਨ ਗਾਣਾ ਸੁਣਾ ਇੱਦਾਂ ਕਰ ਮਤਲਬ ਕਿ ਬਹੁਤ ਮਤਲਬ ਕਿ ਸਕੂਲ ਤੋਂ ਅਵਾਰਡ ਲਏ ਆ ਪਰ ਬਹੁਤ ਸਪੋਰਟ ਸੀ ਹਾਂਜੀ ਮੈਂ ਸ਼ਾਲੀ ਸੌਂਗ ਸੁਣਾਉਂਗੀ ਮੈਂ ਭੁੱਲਦਾ ਨੀ ਕੌਫੀ ਪੀਤੀ ਨੀ ਜਦੋਂ ਸਟਾਰਟ ਹੁੰਦਾ ਸੋਰੀ ਨਹੀਂ ਮੈਂ ਸ਼ੁਰੂ ਤੋਂ ਸੁਣਾਉਂਦੀ ਹਾਂ ਜਿਵੇਂ ਆਸ਼ਿਕ ਕੋਈ ਮਾਸ਼ੂ ਕਦੇ ਪਿੰਡ ਦਾ ਰਾਹ ਨਹੀਂ ਭੁੱਲਦਾ ਜਿਵੇਂ ਪਰਦੇਸੀ ਕੋਈ ਮਾਂ ਦੀ ਹੱਥ ਦੀ ਚਾਹ ਨਹੀਂ ਭੁੱਲਦਾ ਮੈਂ ਭੁੱਲਦਾ ਨੀ ਕੌਫੀ ਪੀਤੀ ਤੇਰੇ ਨਾਲ ਸੋਹਣੀਏ ਨੀ ਜਿੱਦ ਕਰਕੇ ਤੇਰਾ ਰੱਖ ਲਿਆ ਸੀ ਜਦੋਂ ਸ਼ਾਲ ਸੋਹਣੀਏ ਨੀ ਬਸ ਇੰਨਾ ਕੀ ਹੁੰਦਾ ਮੈਨੂੰ ਤਾਂ ਥੈਂਕ ਯੂ